ਕੱਲ ਦੇਰ ਸ਼ਾਮ ਫਰੀਦਕੋਟ ਚ ਆਮ ਆਦਮੀ ਪਾਰਟੀ ਦੇ ਬਾਗੀ ਨੇਤਾ ਸੁਖਪਾਲ ਸਿੰਘ ਖਹਿਰਾ ਦੇ ਕਾਫਲੇ ਦੀ ਪਾਇਲਟ ਗੱਡੀ ਨੇ ਇੱਕ ਮਾਸੂਮ ਬੱਚੇ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਬੱਚਾ ਗੰਭੀਰ ਜ਼ਖਮੀ ਹੋ ਗਿਆ। ਹਾਲਾਂਕਿ ਜਾਣਕਾਰੀ ਮਿਲੀ ਹੈ ਕਿ ਗੱਡੀ ਦੇ ਡਰਾਈਵਰ ਵੱਲੋਂ ਪੀੜਿਤ ਬੱਚੇ ਨੂੰ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਪੀੜਿਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਹਾਦਸਾ ਫਿਰੋਜ਼ਪੁਰ ਰੋਡ ਦੀ ਸਥਿਤ ਨਾਨਕਸਰ ਬਸਤੀ ਕੋਲ ਵਾਪਰਿਆ ਹੈ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਨੂੰ ਬਾਅਦ ਚ ਪਤਾ ਲੱਗਾ ਹੈ ਕਿ ਉਨ੍ਹਾਂ ਦੇ ਬੱਚੇ ਨੂੰ ਟੱਕਰ ਮਾਰਨ ਵਾਲੀ ਗੱਡੀ ਸੁਖਪਾਲ ਸਿੰਘ ਖਹਿਰਾ ਦੇ ਕਾਫਲੇ ਦੀ ਪਾਇਲਟ ਗੱਡੀ ਸੀ। ਮੇਰਾ ਨਾਮ ਆਸਾ ਰਾਮ ਆ ਜੀ, ਮੈਂ ਫਿਰੋਜ਼ਪੁਰ ਰੋਡ ਬਸਤੀ ਨਾਨਕਸਰ ਦਾ ਰਹਿਣ ਵਾਲਾ ਜੀ। ਕੀ ਗੱਲ ਹੋਈ ਹੈ ਤੁਹਾਡੇ? ਕੱਲ੍ਹ ਸ਼ਾਮ ਦੇ ਟਾਈਮ ਜੀ ਸਾਡੇ ਰੋਡ ਦੇ ਉੱਤੇ ਯਾਨੀ ਕਿ ਇੱਕ ਕਾਫਲਾ ਲੰਘਿਆ ਸੀਗਾ ਅਤੇ ਉਹਦੇ ਤੋਂ ਇੱਕ ਬੱਚੇ ਦਾ ਐਕਸੀਡੈਂਟ ਹੋ ਗਿਆ ਸੀਗਾ। ਬੱਚੇ ਦੇ ਕਾਫੀ ਸੱਟਾਂ ਵੱਜੀਆਂ ਸੀ, ਉਹਨੂੰ ਐਮਰਜੈਂਸੀ ਦੇ ਵਿੱਚ ਲਿਆ ਕੇ ਅਸੀਂ ਦਾਖਲ ਕਰਾਇਆ ਹੈ। ਸੁਣ ਦੇ ਵਿੱਚ ਆਇਆ ਜੀ, ਉੱਥੇ ਬੰਦੇ ਦੱਸ ਰਹੇ ਸੀਗੇ ਕਿ ਸੁਖਪਾਲ ਸਿੰਘ ਖਹਿਰਾ ਦਾ ਕਾਫਲਾ ਸੀਗਾ ਜੀ, ਜਿਹਦੀ ਗੱਡੀ ਦੇ ਨਾਲ ਪਾਇਲਟ ਗੱਡੀ ਨਾਲ ਬੱਚਾ ਜਿਹਦੇ ਨਾਲ ਟਕਰਾਇਆ ਜੀ। ਬੱਚੇ ਦੀ ਹਾਲਾਤ ਤਾਂ ਬਹੁਤ ਸੀਰੀਅਸ ਆ ਜੀ ਵੈਸੇ, ਅਤੇ ਪਰ ਉਹ ਜਿਹੜੇ ਬੰਦੇ ਛੱਡ ਕੇ ਗਏ ਸੀਗੇ ਉਹ ਇਲਾਜ ਵੀ ਕਰਵਾ ਰਹੇ ਹੈ। ਅਤੇ ਅਸੀਂ ਚਾਹੁੰਦੇ ਹਾਂ ਬਸ ਵੀ ਇਹ ਗਰੀਬ ਬੰਦਾ ਵਿਚਾਰਾ ਮਜ਼ਦੂਰੀ ਕਰਨ ਵਾਲਾ ਬੰਦਾ ਜਿਹਦਾ ਬੱਚਾ ਹੈ ਅਤੇ ਵੀ ਉਹਦਾ ਬਸ ਇਕੱਲਾ ਇਲਾਜ ਕਰਾਇਆ ਜਾਵੇ, ਹੋਰ ਯਾਨੀ ਕਿ ਸਾਨੂੰ ਕੋਈ ਨਹੀਂ ਹੈਗਾ ਜੀ। ਅਰਜਨ ਨਾਂ ਦਾ ਲੜਕਾ 6 ਸਾਲ ਦੀ ਉਮਰ, ਫਿਰੋਜ਼ਪੁਰ ਰੋਡ 'ਤੇ ਨਾਨਕਸਰ ਬਸਤੀ ਕੋਲ ਕੋਈ ਐਕਸੀਡੈਂਟ ਕਿਸੇ ਗੱਡੀ ਨਾਲ ਹੋਇਆ, ਖੇਡਦਾ ਖੇਡਦਾ ਕਿਤੇ ਬਾਹਰ ਆ ਗਿਆ ਸੀ ਪਤਾ ਲੱਗਿਆ, ਅਤੇ ਉਹ ਦਾਖਲ ਉਹ ਜਿਵੇਂ ਬਿਆਨ ਦੇਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ। ਫਿਲਹਾਲ ਇਹ ਮਾਮਲਾ ਪੁਲਿਸ ਦੇ ਧਿਆਨ ਵਿੱਚ ਵੀ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਪੀੜਿਤ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਫਰੀਦਕੋਟ ਤੋਂ ਸੁਖਜਿੰਦਰ ਸਹੋਤਾ, ਖਬਰ ਹਰਪਲ, ਇੰਡੀਆ ਲਈ।